ਅਮਨ ਗੱਲ ਕਰਨੀ ਸੀ ਮੈਂ ਇੱਕ ਬੜੇ ਦਿਨਾਂ ਦੀ ਮੈਂ ਚੱਲ ਵੀਰਾਂ ਨਾਲ ਵੀ ਸਾਂਝੀ ਕਰ ਦਿੰਦੇ ਹਾਂ ਵੀ ਆਪਣਾ ਵਾਧੂ ਕਰਦੇ ਆ ਕਿਉਂਕਿ ਆਪਣੇ ਕਿਹੜੇ ਫੋਲਰ ਦੂਜੇ ਸਵਾਦ ਲੈਣ ਵਾਲੇ ਆਪਣੇ ਫੋਲਰ ਘੱਟ ਆ ਪਰ ਸਾਰੇ ਯੂਰਤ ਵਾਲੇ ਬੰਦੇ ਆ ਕੋਈ ਸਵਾਦ ਲੈਣ ਵਾਲਾ ਨੀ ਆਪਣੇ ਤੋਂ ਮੈਨੂੰ ਬੜੇ ਵੀਰਾਂ ਦੇ ਮੈਸੇਜ ਰਹਿੰਦੇ ਵੀਰੇ 100 ਗੱਲਾਂ ਹੁੰਦੀਆਂ ਯਾਰਾਂ ਚ ਵੀ ਐਵੇਂ ਨਾ ਗੁੱਸਾ ਕਰਿਆ ਕਰੋ ਤੁਸੀਂ ਤੇ ਜਮੇ ਪਿੱਛੇ ਹਟ ਜਾਂਦੇ ਜੇ ਕੇਸ ਤੋਂ ਮਾੜਾ ਮੋਟਾ ਹੈਲੋ ਹਾਏ ਰੱਖਿਆ ਕਰੋ ਕੇਸ ਦੀ ਕੀ ਪਤਾ ਕਿੱਥੇ ਲੋੜ ਪੈ ਜਾਣੀ ਆ ਮੈਂ ਕਿਹਾ ਜਿਹਨਾਂ ਲੋੜ ਪੈਣ ਨੂੰ ਥੋੜੀ ਕੋਈ ਰੱਖਿਆ ਵਾ ਨਾਲੇ ਮੇਰੀ ਭਲਾ ਕੀ ਆਦਤ ਅੱਜ ਤੱਕ ਕੋਈ ਵੀ ਆ ਬੰਦਾ ਭਾਵੇਂ ਤੂੰ ਜਾਣ ਭਾਵੇਂ ਕੋਈ ਵੀ ਆ ਮੇਰੀ ਆਦਤ ਆ ਵੀ ਜੇ ਕੇਸ ਤੇ ਦੁੱਖ ਹੈ ਨਾ ਜਾਂ ਕੇਸ ਦੀ ਲੜਾਈ ਆ ਤੇ ਮੈਂ ਸਾਰਿਆਂ ਤੋਂ ਗਾਂਹ ਹੋ ਕੇ ਖਲਾਉਣਾ ਵੀ ਮਰਦਾ ਮਰ ਜਾ ਮੈਨੂੰ ਕੋਈ ਚੱਕਰ ਨੀ ਮੇਰੇ ਭਰਾ ਦੇ ਕੋਈ ਆਂਚ ਨਾ ਆਵੇ ਕੋਈ ਉਹਦੇ ਹੱਲ ਨਾ ਵੇਖ ਸਕੇ ਤੇ ਮੈਂ ਖੜਦਾ ਵੀ ਰਿਹਾ ਵਾ ਪਰ ਚਾਹੇ ਇਹਦਾ ਦੇਵੇ ਨਾ ਤੇਰੇ ਭਰਾ ਦਾ ਪਹਿਲੇ ਤੇ ਹੁੰਦਾ ਜੀ ਤੇ ਉਦੋਂ ਭਰਾ ਵੀ ਅਸੀਂ ਤੁਹਾਨੂੰ ਵੱਡਾ ਆਪਣੇ ਭਰਾਵਾਂ ਤੋਂ ਵੀ ਵੱਧ ਕੇ ਸਮਝਦੇ ਸ਼ੇਰਿਆ ਉਦੋਂ ਮਤਲਬ ਕਿ ਹਿਸਾਬ ਨਾ ਹੁੰਦਾ ਸੀ ਨਾ ਉਦੋਂ ਪੈਸਾ ਧੇਲਾ ਨੀ ਹੁੰਦਾ ਸੀ ਬੰਦਾ ਉਹ ਆ ਜਿਹੜਾ ਓਦਾਂ ਵੀ ਸਹੀ ਹੈ ਜਦੋਂ ਪੈਸਾ ਧੇਲਾ ਜੇ ਉਦੋਂ ਵੀ ਓਦਾਂ ਦਾ ਰਵੇ ਜਿਹੜਾ ਮੈਂ ਕਿਹਾ ਵੀ ਪੈਸੇ ਆਉਣ ਦਾ ਸਾਰੇ ਬਦਲ ਜਾਂਦੇ ਆ ਬੰਦਾ ਉਹ ਆ ਵੀ ਜਿਹੜਾ ਪੈਸਾ ਹੁੰਦਿਆਂ ਵੀ ਓਦਾਂ ਦਾ ਰਵੇ ਜਿੱਦਾਂ ਦਾ ਪਹਿਲਾਂ ਸੀ ਹੁਣ ਮੇਰੇ ਤੋਂ ਕਿਹੜਾ ਕੁਛ ਹੈਗਾ ਨਹੀਂ ਆ ਮੇਰੇ ਤੋਂ ਜਿੰਨੇ ਹੈਗੇ ਆ ਬਹੁਤ ਆ ਮੈਂ ਸਾਰੇ ਸ਼ੌਂਕ ਪੂਰੇ ਕੀਤੇ ਆ ਪਰ ਮੈਂ ਜਿੰਨਾ ਨਾ ਜਿੱਦਾਂ ਦਾ ਮੈਂ ਓਦਾਂ ਦਾ ਹੀ ਰਹਿੰਦਾ ਵਾ ਹੁਣ ਮੇਰਾ ਕਦੀ ਵੀ ਵੇਖ ਲਾ ਮੇਰਾ ਭਾਵੇਂ ਜਿਹੜੇ ਇੰਸਟਾ ਤੇ ਮੈਨੂੰ ਫੋਲੋ ਕਰਦੇ ਆ ਉਹ ਵੇਖ ਲੈਣ ਮੇਰੀ ਗੱਲ ਵੇਖ ਲੈਣ ਮੈਨੂੰ ਬੜੇ ਪੁਰਾਣੇ ਬੰਦੇ ਫੋਲੋ ਕਰਦੇ ਆ ਜਿਹੜੇ ਮੈਨੂੰ ਮੈਸੇਜ ਕਰਦੇ ਨਾ ਵੀ ਵੀਰੇ ਤੇ ਇੰਨੇ ਚਿਰ ਤੇ ਤੁਹਾਨੂੰ ਫੋਲੋ ਕਰਦੇ 6-7 ਸਾਲ ਹੋ ਗਏ ਆ ਉਹ ਕਦੀ ਵੀ ਵੇਖ ਲੈਣ ਵੀ ਬਾਕੀ ਮੁੰਡੇ ਵੇਖ ਲੈ ਕਈਆਂ ਨੇ 7 ਜਣਿਆਂ ਨੇ ਵੀਡੀਓ ਬਣਾਈ ਹੁੰਦੀ ਰਲ ਕੇ ਕਈਆਂ ਨੇ 8 ਜਣੇ ਝੁੰਡ ਜਿਹਾ ਬਣਾ ਕੇ ਵੀਡੀਓ ਬਣਾਉਂਦੇ ਹੁੰਦੇ ਆ ਮੈਂ ਕਦੀ ਵੀ ਬੇਫਾਲਤੂ ਤੇ ਬਦਮਾਸ਼ੀ ਵਾਲੇ ਗਾਣਿਆਂ ਤੇ ਵੀਡੀਓ ਨਹੀਂ ਪਾਈ ਕਦੀ ਵੀ ਜਿਹੜਾ ਰਾਹ 'ਚ ਮਿਲ ਪਿਆ ਉਹਨਾਂ ਕਦੀ ਵੀਡੀਓ ਬਣਾ ਕੇ ਨਹੀਂ ਪਾਈ ਜਿਨ੍ਹਾਂ ਨਾਲ ਦਿਲ ਮਿਲਿਆ ਉਹਨਾਂ ਨਾਲ ਪਾਈ ਦੀ ਆ ਠੋਕ ਕੇ ਪਾਈ ਦੀ ਆ ਬਾਕੀ ਹੁਣ ਕੀਤਾ ਬਹੁਤ ਹੀ ਪਰ ਕੋਈ ਚੱਕਰ ਨਹੀਂ ਆ ਜੱਟੋ ਮਾਰੀ ਇਥੋਂ ਕਰਦਾ ਤੂੰ ਸਿੱਧਾ ਸਾਫ ਦਿਲੋਂ ਚੱਲ ਪੈਣਾ ਦਿਮਾਗ ਨਾਲ ਨਹੀਂ ਚੱਲਿਆ ਜਾਂਦਾ ਯਾਰ ਦਿਮਾਗ ਨਾਲ ਨਹੀਂ ਚੱਲਿਆ ਜਾਂਦਾ ਵੀ ਇਹਨਾਂ ਉੱਤੋਂ ਬਾਅਦ ਭਲਾ ਲੋਕੀ ਕੀ ਕਹਿਣਗੇ ਅੱਗੋਂ ਜਦੋਂ ਕਹਿ ਦਈਏ ਵੀ ਯਾਰ ਤੇਰਾ ਉਹਨੇ ਇੰਨਾ ਕੀਤਾ ਤੂੰ ਇਦਾਂ ਕੀ ਕਰਦਾ ਉਹ ਕਹਿਣਗੇ ਵੀ ਨਹੀਂ ਮੈਂ ਬੰਦੇ ਕਿਸੇ ਨੇ ਕਿਹਾ ਵੀ ਤੂੰ ਉਹ ਤੇਰੇ ਨਾਲ ਇੰਨਾ ਕਰਦਾ ਸੀ ਕੋਈ ਵੀ ਨਹੀਂ ਕਰ ਸਕਦਾ ਤੇ ਮੈਂ ਸਿੱਧਾ ਠੋਕ ਕੇ ਕਹਿੰਦਾ ਵਾ ਮੈਂ ਜਿਹਦਾ ਕਰਦਾ ਬਹੁਤ ਕਰਦਾ ਵਾ ਤੇ ਕਈ ਆਪਣੇ ਬੰਦਿਆਂ ਦਾ ਮੈਂ ਇੰਨਾ ਜ਼ਿਆਦਾ ਕੀਤਾ ਇੰਨਾ ਜ਼ਿਆਦਾ ਕੀਤਾ ਵੀ ਅਗਲਿਆਂ ਨੂੰ ਮੈਂ ਆਪਣਾ ਸਮਝਦਾ ਨਾ ਵੀ ਭਰਾ ਵਾ ਮੇਰੇ ਕਦੀ ਯਾਰ ਮੈਂ ਕਦੀ ਸਮਝਿਆ ਨਹੀਂ ਘਰੇ ਰਹਿੰਦੇ ਹੁੰਦੇ ਸੀ ਅਜੇ ਤੱਕ ਮੇਰੀ ਆਦਤ ਆ ਤੁਸੀਂ ਵੀ ਵੇਖਿਆ ਹੋਣਾ ਸਾਰੇ ਮੇਰੇ ਭਰਾਵਾਂ ਨੇ ਇੰਸਟਾਗ੍ਰਾਮ ਵਾਲਿਆਂ ਸਨੈਪਚੈਟ ਸਾਰਿਆਂ ਨੇ ਵੇਖਿਆ ਹੋਣਾ ਮੈਂ ਕਦੀ ਕਿਸੇ ਦੇ ਘਰੇ ਜਲਦੀ ਕੀਤਾ ਨਾ ਜਾਂਦਾ ਨਾ ਰਹਿੰਦਾ ਨਾ ਕੋਈ ਕਰਦਾ ਮੈਂ ਆਪਣੇ ਆਪ 'ਚ ਜ਼ਿਆਦਾ ਮਸਤ ਰਹਿੰਦਾ ਮੈਂ ਕਿਹੜੀ ਗੱਲੋਂ ਮਾੜਾ ਵਾਂ ਕਿਹੜੀ ਗੱਲੋਂ ਲੋਕਾਂ ਨੂੰ ਚੁੱਭਦਾ ਵਾਂ ਮੈਂ ਗੱਲ ਕਰਦਾ ਮੂੰਹ 'ਤੇ ਮੇਰੇ ਤੋਂ ਲੱਲੇ ਪੱਪੇ ਨਹੀਂ ਹੁੰਦੇ ਵੀ ਮੂੰਹ 'ਤੇ ਜਾਣ ਜਾਣ ਕਰੀ ਜਾਣਾ ਵੀਰਾ ਵੀਰਾ ਕਰੀ ਜਾਣਾ ਅਤੇ ਦਿਲ 'ਚ ਖਾ ਰੱਖੀ ਜਾਣੀ ਉਹ ਆਪਣੇ ਕੋਲ ਕੰਮ ਹੈਗੇ ਹੀ ਨਹੀਂ ਆ ਅਤੇ ਅੱਜ ਤੱਕ ਮੈਂ ਕਿਸੇ ਨੂੰ ਜਣੇ ਖਣੇ ਨੂੰ ਭਰਾ ਭਰਾ ਲੈ ਕੇ ਸਟੋਰੀ ਨਹੀਂ ਪਾਈ ਜਿੰਨਾ ਹੈਗੀ ਦਿਲੋਂ ਹੈਗੀ ਆ ਕਰਕੇ ਭੈਣ ਤੇ ਚਿੱਠੇ ਪਾਈ ਜਾਣੇ ਆ ਸ਼ਰਿਆਮ ਸੁਰੇ ਆ ਜਿੱਦ ਚਿੱਠੇ ਪਾਈ ਜਾਣੇ ਆ ਵੀ ਕਿਸੇ ਤੇ ਮੁਸੀਬਤ ਆ ਗਈ ਤੇ ਉਹਨਾਂ ਸਟੋਰੀਆਂ ਪਾਉਣੋਂ ਹਟ ਗਿਆ ਚਿੱਠੇ ਪਾਈ ਜਾਣੇ ਆ ਵੀ ਸਿਆਣਪ ਵੀ ਐਡੇ ਚਿੱਠੇ ਪਾਉਣੇ ਆ ਵੀ ਕਰਕੇ ਵੀ ਉਹੀ ਦਿਲਾਂ 'ਚ ਮੈਲ ਆ ਤੇ ਬਾਬਿਆਂ ਦੇ ਸਟੇਟਸ ਪਾਈ ਜਾਣੇ ਇੱਥੇ ਦਿਲਾਂ 'ਚ ਇਹੋ ਜਿਹੇ ਸਟੇਟਸ ਸਾਨੂੰ ਕੀ ਸਾਰਿਆਂ ਨਾਲ ਜਿਹੜੇ ਜਿਹਨੂੰ ਤੇ ਕੀ ਫਾਇਦਾ ਇਹੋ ਜਿਹੇ ਚਿੱਠੇ ਪਾਉਂਦਾ ਕਿਉਂਕਿ ਜਿਹੜੇ ਫੋਲੋ ਕਰਦੇ ਉਹਨਾਂ ਸਾਰਿਆਂ ਨੂੰ ਪਤਾ ਵੀ ਕੌਣ ਕਿੱਦਾਂ ਦਾ ਵਾ ਤੇ ਕਿੱਥੇ ਸਟੈਂਡ ਕਰਦਾ ਵਾ ਸਾਰਿਆਂ ਨੂੰ ਏ ਟੂ ਜ਼ੈਡ ਨਿੱਕੀ ਨਿੱਕੀ ਗੱਲ ਦਾ ਪਤਾ ਮੈਂ ਤੇ ਲਾਈਵ ਵੀ ਹੋਣਾ ਸੀ ਮੈਂ ਉਦੋਂ ਵੀ ਕਹਿਣਾ ਲਾਈਵ ਹੋਊਗਾ ਮੈਂ ਤਾਂ ਨਹੀਂ ਆਇਆ ਮੈਂ ਯਾਰ ਵੀ ਨਾਲੇ ਪਿੱਛੇ ਜੋ ਕੋਈ ਕੁੜੀ ਵਾਲੀ ਗੱਲ ਹੋਈ ਉਦੋਂ ਮੇਰੇ ਤੋਂ ਕੀ ਨਹੀਂ ਹੈਗਾ ਸੀ ਮੈਂ ਕੱਢਣ ਨੂੰ ਅਗਲੀ ਦਾ ਜਲੂਸ ਕੱਢ ਸਕਦਾ ਸੀ ਪਰ ਮੇਰੀ ਆਦਤ ਆ ਜਿੱਥੇ ਇੱਕ ਵਾਰੀ ਵੀ ਖਾ ਲਿਆ ਜਿੱਥੇ ਆਪਣੀ ਹੈਗੀ ਆ ਹੈਗੀ ਆ ਮਨੋ ਮਣੀ ਕਿਸੇ ਦਾ ਪਿੱਛੇ ਹਟ ਜਾਓ ਭੈਣ ਚੋ 4 ਫੋਲੋਅਰ 4 ਕਮੈਂਟ ਆਉਣ ਲੱਗ ਪੈਂਦੇ ਆ ਅਗਲੇ ਲੱਗਦਾ ਵੀ ਮੈਂ ਭੈਣ ਚੋ ਚੀਜ਼ਾਂ ਬੋਲ ਕੇ ਪਾਉਂਦਾ ਜਾਂ ਕਰਕੇ ਪਾਉਂਦਾ ਵਾ ਮੈਨੂੰ ਕਮੈਂਟ ਆਉਂਦੇ ਆ ਤੇ ਕਿਤੇ ਬੜੀ ਵਧੀਆ ਚੀਜ਼ ਲੋਕੀ ਮੈਨੂੰ ਸੌਂਪਦੇ ਆ ਪਰ ਲੋਕੀ ਇਹ ਨਹੀਂ ਤੁਹਾਨੂੰ ਇਹ ਨਹੀਂ ਸਮਝ ਲੱਗਦੀ ਲੋਕੀ ਹੱਸਦੇ ਤੁਹਾਡੇ ਤੇ ਵੀ ਭੈਣ ਕੀ ਆ ਮਨੋ ਮਣੀ ਕਿਸੇ ਦਾ ਪਿੱਛੇ ਹਟ ਜਾਓ ਭੈਣ ਚੋ 4 ਫੋਲੋਅਰ 4 ਕਮੈਂਟ ਆਉਣ ਲੱਗ ਪੈਂਦੇ ਆ ਅਗਲੇ ਲੱਗਦਾ ਵੀ ਮੈਂ ਭੈਣ ਚੋ ਚੀਜ਼ਾਂ ਬੋਲ ਕੇ ਪਾਉਂਦਾ ਜਾਂ ਕਰਕੇ ਪਾਉਂਦਾ ਮੈਨੂੰ ਕਮੈਂਟ ਆਉਂਦੇ ਆ ਤੇ ਕਿਤੇ ਬੜੀ ਵਧੀਆ ਚੀਜ਼ ਲੋਕੀ ਮੈਨੂੰ ਸੌਂਪਦੇ ਆ ਪਰ ਲੋਕੀ ਇਹ ਨਹੀਂ ਤੁਹਾਨੂੰ ਇਹ ਨਹੀਂ ਸਮਝ ਲੱਗਦੀ ਲੋਕੀ ਹੱਸਦੇ ਤੁਹਾਡੇ ਤੇ ਵੀ ਭੈਣ ਚੋ ਜਿੱਥੇ ਤੁਸੀਂ ਖਾਧਾ ਜਿੱਥੇ ਰਹੇ ਜਾਂ ਤੁਸੀਂ ਉਹਦੇ ਨਹੀਂ ਬਣੇ ਤੁਸੀਂ ਉਹਨੂੰ ਭੈਣ ਚੋ ਗਲਤ ਬੋਲ ਬੋਲ ਪਾਈ ਜਾਂਦੇ ਵਿਊ ਲੈਣ ਨੂੰ ਵੀ ਸਾਡੇ ਫੋਲੋਅਰ ਵਧਣ ਦੇ ਸਾਡੇ ਉਹ ਵਧਣ ਦੇ ਆ ਮੈਨੂੰ ਤਾਂ ਭੈਣ ਚੋ ਹਾਸਾ ਆਉਂਦਾ ਵਾ ਦੁਰ ਫਿੜੇ ਮੂੰਹ ਭੈਣ ਚੋ ਦੇਖੋ ਜੀ ਯਾਰੀ ਤੇ ਬਾਕੀ ਠੋਕ ਕੇ ਕਹਿੰਦਾ ਵਾ ਸ਼ੇਰੇ ਵਰਗੀ ਯਾਰੀ ਤੇ ਸ਼ੇਰਾਂ ਨਹੀਂ ਕਿਸੇ ਨੇ ਬਣ ਜਾਣਾ ਆਪਣੇ ਮੂੰਹ ਕਹਿੰਦਾ ਮੈਂ ਲੱਭ ਲਓ ਸ਼ੇਰੇ ਵਰਗਾ ਭਾਵੇਂ ਨਵੇਂ ਲਿਆਓ ਭਾਵੇਂ ਪੁਰਾਣੇ ਲਿਆਓ ਸ਼ੇਰਾਂ ਨਹੀਂ ਕਿਸੇ ਨੇ ਬਣ ਜਾਣਾ ਜਿੱਥੇ ਆਪਾਂ ਖਲੋਗੇ ਆ ਜਦੋਂ ਕਿਸੇ ਨੂੰ ਮੇਰੀ ਲੋੜ ਸੀ ਨਾ ਤੇ ਮੈਂ ਘਰ ਨਹੀਂ ਸੋਚਿਆ ਸੀ ਵੀ ਮੇਰਾ ਪਿਓ ਨਹੀਂ ਸਿਰ ਤੇ ਹੈਗਾ ਜਾਂ ਮੇਰੀ ਇਕੱਲੀ ਮਾਂ ਭੈਣ ਆ ਵੀ ਉਹਨਾਂ ਦਾ ਕੀ ਬਣੂੰਗਾ ਮੈਂ ਇਹ ਕਠੋ ਕੇ ਤੁਰਿਆ ਸਾਰਿਆਂ ਲਈ ਤੇ ਕਦੀ ਵੀ ਅੱਜ ਦੀ ਗੱਲ ਇੱਧਰ ਤੋਂ ਉੱਧਰ ਨਹੀਂ ਗਈ ਸੀ ਤੇ ਜਿਹਦੀ ਜਨਾਨੀ ਸੀ ਨਾ ਉਹਦੇ ਤੱਕ ਸੀਮਾ ਰਹਿੰਦੀ ਸੀ ਮੈਨੂੰ ਰਿਕੁਐਸਟਾਂ ਹੁੰਦੀਆਂ ਮੈਸੇਜ ਆਉਂਦੇ ਹੁੰਦੇ ਕਿਸੇ ਦੀ ਅੱਜ ਤੱਕ ਬੁੱਢੀ ਐਡ ਨਹੀਂ ਕੀਤੀ ਤਾਂ ਅਸੀਂ ਭੈਣ ਚੋ ਜਿਹੜੇ ਛੱਡਤੀਆਂ ਵਾ ਜਿਹਨਾਂ ਦਾ ਕੋਈ ਲਾ ਵਾਸਤਾ ਨਹੀਂ ਭੈਣ ਚੋ ਕੂੜਾ ਐ ਟੂ ਜੈਡ ਹੀ ਪਰੇ ਸੁੱਟਤਾ ਵਾ ਭੈਣ ਚੋ ਉਹਨਾਂ ਨੂੰ ਐਡ ਕਰਨ ਦੇ ਆ ਬੰਦੇ
ਤੁਹਾਨੂੰ ਮੇਰੀ ਲੋੜ ਹੀ ਮੈਂ ਹਮੇਸ਼ਾ ਖੜਾ ਹਾਂ ਜਦੋਂ ਸਾਲੇ ਮੈਨੂੰ ਲੋੜ ਪਈ ਤੁਹਾਡੀ ਲੋੜ ਕੀ ਮੈਂ ਤੁਹਾਡੇ ਕੋਲ ਕੀ ਕਰਾਉਣਾ ਹੈ ਬਸ ਬੰਦਾ ਨਾਲ ਖਲੋਤਾ ਵੀ ਇੰਨਾ ਬੜਾ ਹੁੰਦਾ ਤੁਸੀਂ ਤਾਂ ਸਾਲਿਓ ਖੱਚੋ ਸਟੋਰੀਆਂ ਪਾਉਣੋ ਹਟ ਗਏ ਕਿਤੇ ਵੱਡੇ ਵਾਲ ਨਾ ਵੀ ਗੱਲ ਆ ਜੇ ਇੱਥੋਂ ਤੇ ਪਾ ਲਾਦਾ ਯਾਰੀ ਦਾ ਜਦੋਂ ਤੁਹਾਡੇ ਜਦੋਂ ਤੁਹਾਡੇ ਤੇ ਮੁਸੀਬਤ ਹੀ ਤਾਂ ਸ਼ੇਰਾ ਖਲੋਤਾ ਸੀ ਅਜੇ ਵੀ ਦੱਸ ਦਿਓ ਕਿਤੇ ਲੋੜ ਪਈ ਨਾ ਉਦੋਂ ਦੱਸ ਦਿਓ ਉਦੋਂ ਵੀ ਕਹਿ ਦਿਓ ਵੀ ਸ਼ੇਰਾ ਸਾਡਾ ਭਰਾ ਵਾ ਬਾਕੀ ਸਾਰਿਆਂ ਨੂੰ ਪਤਾ ਕੌਣ ਕੀ ਆ ਤੇ ਆਪਾਂ ਲਾਈਵ ਹੋਣਾ ਹੀ ਨਹੀਂ ਹੈ ਕਿਉਂਕਿ ਮੈਂ ਜਦੋਂ ਬੋਲਣ ਤੇ ਆ ਨਾ ਫਿਰ ਮੈਨੂੰ ਕੁਛ ਨਹੀਂ ਪਤਾ ਲੱਗਦਾ ਮੈਂ ਕੀ ਬੋਲਾਂ ਮੈਂ ਫਿਰ ਓਦਾਂ ਬਿਨਾਂ ਗੱਲੋਂ ਨਹੀਂ ਬੋਲਣਾ ਫਿਰ ਮੈਂ ਨਾਂ ਲੈ ਕੇ ਬੋਲੂੰਗਾ ਮੈਂ ਵੀ ਲੋਕਾਂ 'ਚ ਜਵਾਕਾਂ 'ਚ ਭਰਮ ਭਾਅ ਬਣਿਆ ਵਾ ਲੋਕਾਂ ਦਾ ਫਿਰ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਕੌਣ ਕੀ ਆ ਫਿਰ ਅਗਲੇ ਨੇ ਕਹਿਣਾ ਭੈਣ ਚੋਏ ਤਾਂ ਸਿੱਧਾ ਹੀ ਠੋਕ ਠੋਕ ਬੋਲੀ ਜਾਂਦਾ ਮਾੜੇ ਮੋਟੇ ਚਲੋ ਕਮੈਂਟ ਆਉਂਦੇ ਆ ਨਿਆਣੇ ਲੱਗੇ ਆ ਪਿੱਛੇ ਵੀ ਕਿਤੇ ਪਤਾ ਨਹੀਂ ਕੀ ਆ ਉਹਨਾਂ 'ਚ ਕੀ ਨੇ ਤੇ ਫਿਰ ਉਹਨਾਂ ਕਹਿਣਾ ਵੀ ਸਾਰਾ ਕੁਝ ਦੱਸਤਾ ਫਿਰ ਕੋਈ ਫੋਲੋ ਨਹੀਂ ਕਰੂਗਾ ਸਾਰਾ ਕੁਝ ਪੂਗਾ ਕਰਦਾ ਡੇਪੂ ਅੱਗੇ ਵੀ ਡਿੱਗਾ ਹੀ ਅੱਗੇ ਕਿਹੜਾ ਭੈਣ ਚੜੀਆਂ ਚੜਾਈਆਂ ਆਪਣੇ ਘੱਟ ਫੋਲੋ ਰਹਿਣਾ ਇੱਜ਼ਤ ਦੇ ਆ ਇੱਜ਼ਤ ਦੇ ਆ ਆਪਣਾ ਕੋਈ ਪੇਜ ਵਾਲਾ ਸਟੋਰੀ ਨਹੀਂ ਪਾਉਂਦਾ ਕੋਈ ਕਵੇਗਾ ਨਾ ਵੀ ਇਹਦੀ ਸਟੋਰੀ ਪਾ ਦੋ ਕਹਿੰਦੇ ਵੀ ਸਾਨੂੰ ਬੰਦੇ ਦਾ ਪਤਾ ਵੀ ਕੌਣ ਕਿੱਦਾਂ ਦਾ ਅਸੀਂ ਨਹੀਂ ਪਾਉਣੀ ਅਸੀਂ ਪੇਜਾਂ ਤੇ ਬੇਚੀਆਂ ਨਹੀਂ ਕਰਾਉਂਦੇ ਫਿਰਦੇ ਪਰ ਜਿੰਨੇ ਫੋਲੋਅਰ ਆ ਸਾਰੇ ਆਪਣੇ ਭਰਾ ਵਾ ਤੇ ਦਿਲੋਂ ਫੋਲੋ ਕਰਨ ਵਾਲਾ ਕੋਈ ਸਵਾਦ ਲੈਣ ਵਾਲਾ ਨਹੀਂ ਭਾਵੇਂ ਘੱਟਾ ਹੌਲੀ ਹੌਲੀ ਵਧਣ ਤੇ ਇੱਜ਼ਤ ਦੇ ਫੋਲੋਅਰ ਆ ਆਪਣੇ ਬਾਕੀ ਫੇਰ ਕਹਾਂਗੇ ਭਰਾਵਾ ਤੁਸੀਂ ਤੇ ਭੱਜ ਗਏ ਤੁਸੀਂ ਤੇ ਸਟੋਰੀਆਂ ਪਾਉਣ ਹਟ ਗਏ ਜਦੋਂ ਮੇਰੇ ਤੇ ਮੁਸੀਬਤ ਆਈ ਮੈਂ ਫੇਰ ਕਹਿੰਦਾ ਵਾ ਤੁਹਾਨੂੰ ਵੀ ਪਤਾ ਕਿਸੇ ਨੇ ਨਹੀਂ ਖੜਨਾ ਤੁਹਾਨੂੰ ਪਤਾ ਹੀ ਸ਼ੇਰਾ ਹੀ ਆ ਵੀ ਲੋਕੀ ਨਾ ਸਦਾ ਜਗ੍ਹਾ ਤੋਂ ਆਪਣਾ ਜਾਂਦੇ ਆ ਪਹਿਲੋਂ ਵੀ ਇਹਨੂੰ ਵੀ ਪੁੱਛ ਲਈ ਇਹਨੂੰ ਵੀ ਪੁੱਛ ਲਈ ਜਦੋਂ ਕਿਤੇ ਨਹੀਂ ਨਾ ਗੱਲ ਬਣਦੀ ਜਾਂ ਕੋਈ ਨਹੀਂ ਖੜਨ ਵਾਲਾ ਹੁੰਦਾ ਫਿਰ ਉਹਨਾਂ ਲਾਉਣਾ ਸ਼ੇਰੇ ਨੂੰ ਫੋਨ ਪੁੱਛਣਾ ਨਹੀਂ ਆ ਵੀ ਪੁੱਛ ਲਈ ਵੀ ਹਾਂ ਹੋਣਾ ਕਿ ਨਹੀਂ ਉਹਨਾਂ ਪਤਾ ਇਹ ਤਾਂ ਹੈਗਾ ਹੀ ਆ ਫਿਰ ਇਹਨੇ ਤਾਂ ਨਾ ਕਰਨੀ ਨੀ ਸਾਨੂੰ ਅਸੀਂ ਤੇ ਭਰਾਵਾ ਕਹਿੰਦੇ ਆ ਜਿੱਥੇ ਸਾਰੇ ਸ਼ਹਿਰ ਸਰ ਜਾਂਦੇ ਉਹ ਤੇ ਸ਼ੇਰਾ ਹੈਗਾ ਪਰ ਫਿਰ ਕਹਿੰਦਾ ਵਾ ਭਰਾਵਾ ਲੋੜ ਪਈ ਦੱਸ ਦਿਓ ਅਸੀਂ ਤੇ ਫਿਰ ਫੁੱਦੂ ਅਸੀਂ ਫਿਰ ਗਾਹ ਜਾਣਾ ਵਾ ਅਸੀਂ ਇੰਨੀ ਮਰਾਮ ਰੋ ਕੇ ਫਿਰ ਉਹੋ ਜਿਹੇ ਹੋ ਜਾਈਦਾ ਵਾ ਕੋਈ ਚੱਕਰ ਨਹੀਂ ਮੇਰਾ ਭਰਾ ਰੱਬ ਵੇਖਦਾ ਵਾ ਆਪਾਂ ਬੰਦਿਆਂ ਨੂੰ ਲੈ ਕੇ ਨਹੀਂ ਦਿੰਦੇ ਰੱਬ ਨੂੰ ਦੇਣੇ ਰੱਬ ਨੇ ਜਿਹਨੂੰ ਜਿੱਥੇ ਰੱਖਿਆ ਕਿ ਗੱਲਾਂ ਹੀ ਰੱਖਿਆ ਵਾ ਬਾਕੀ ਪੈਸਾ ਇਕੱਲਾ ਪੈਸਾ ਸਭ ਕੁਛ ਨਹੀਂ ਹੁੰਦਾ ਆਪਣੇ ਪਰਿਵਾਰ 'ਚ ਬਹਿ ਕੇ ਰੋਟੀ ਖਾਣੀ ਹੁਣ ਮੇਰੇ ਗੁੱਟ 'ਤੇ ਰੱਖੜੀਆਂ ਵੱਜੀਆਂ ਵਾ ਮੈਨੂੰ ਬਹੁਤ ਵਧੀਆ ਲੱਗਾ ਭੈਣ ਜੋ 8 ਤੋਂ 10 ਰੱਖੜੀਆਂ ਸੀ ਮੇਰੇ ਮੈਨੂੰ ਪਤਾ ਵੀ ਹਾਂ ਮੈਨੂੰ ਭੈਣਾਂ ਮੈਨੂੂੰ ਪਿਆਰ ਕਰਦੀਆਂ ਵਾ ਮੈਂ ਪੈਸਿਆਂ ਨੂੰ ਕੀ ਚੱਟਣਾ ਜਦੋਂ ਆਪਣੇ ਗੁੱਟ 'ਤੇ ਇੱਕ ਰੱਖੜੀ ਨਾ ਹੋਊਗੀ ਤਾਂ ਪੈਸਾ ਇਕੱਲਾ ਕੀ ਕਰਨਾ ਆਪਣੇ ਘੁੰਮ ਗੱਡੀਆਂ ਤੇ ਪੈਸਿਆਂ ਨੂੰ ਕੀ ਕਰਨਾ ਜਦੋਂ ਆਪਣੇ ਕੋਲ ਰਿਸ਼ਤੇ ਨਹੀਂ ਹੈਗੇ ਬੈਠਿਆ ਘਰਦੇ ਨੇ ਰੋਟੀ ਨਹੀਂ ਖਾਧੀ ਆਪਾਂ ਕਿਸੇ ਨਾਲ ਰੋਟੀ ਬਣੀ ਨਹੀਂ ਮਿਲੀ ਆਪਾਂ ਨੂੰ ਚਲੋ ਛੱਡੋ ਫਿਰ ਮੈਂ ਫਿਰ ਗੱਲ ਉੱਥੇ ਆਏ ਨੇ ਵੀ ਵਹਿੰਦਾ ਨਹੀਂ ਬੋਲਣ ਲੱਗਿਆ ਬਾਕੀ ਲਵ ਯੂ ਸਾਰਿਆਂ ਨੂੰ ਮੇਰਾ ਭਰਾ ਨਾ ਮੈਂ ਬਸ ਵੇਖਣ ਹੀ ਦਿਆਂ ਵੀ ਕੌਣ ਕੀ ਕਰਨ ਦਿਆ ਵਾ ਜੇ ਫਿਰ ਨਾ ਝੂਠੇ ਜਿਹੇ ਸਟੇਟਸ ਪਾਉਣ ਹੋਏ ਨਾ ਲੋਕੀ ਵੀ ਐਵੇਂ ਗਿਆਨ ਜੇ ਵੰਡਣ ਲੱਗ ਪਏ ਤੇ ਫਿਰ ਮੈਂ ਲਾਈਵ ਹੋਊਂਗਾ ਤੈਨੂੰ ਦੱਸ ਕੇ ਲਾਈਵ ਹੋਊਂਗਾ ਵੀ ਹਾਂ ਜੱਟੋ ਆ ਜਾਓ ਲਾਈਵ 'ਚ ਫਿਰ ਮੈਂ ਇਕੱਲਾ ਇਕੱਲਾ ਦੱਸੂੰਗਾ ਵੀ ਕਿਹਦੀ ਕਿੰਨੀ ਕਰਤੂਤ ਆ ਤੇ ਕਿਹਦਾ ਕਿੰਨਾ ਕੀਤਾ ਸੀ ਇਹੋ ਕਿ ਗਰੀਬ ਦਾ ਕੀਤਾ ਹੁੰਦਾ ਨਾ ਜਿੰਨਾ ਇਹਨਾਂ ਦਾ ਕੀਤਾ ਬੰਦਿਆਂ ਦਾ ਇਹੋ ਕਿ ਗਰੀਬ ਦਾ ਕੀਤਾ ਹੁੰਦਾ ਤੇ ਉਹ ਬੰਦੇ ਨੂੰ ਮੈਂ ਕਿ ਬੰਦੇ ਨੂੰ ਕੰਮ ਤੇ ਵੀ ਰੱਖਿਆ ਹੁੰਦਾ ਨਾ 10-20 ਹਜ਼ਾਰ ਤੇ ਵੀ ਤੂੰ ਕੋਈ ਨਾ ਮੇਰੇ ਆ ਕੰਮ ਕਰ ਘਰੇ ਉਹ ਵੀਰ ਨੇ ਵੀ ਕਹਿਣਾ ਸੀ ਉਹ ਅਗਲਿਆਂ ਨੇ ਗਰੀਬਾਂ ਨੇ ਵੀ ਕਹਿਣਾ ਵੀਰੇ ਜਿੰਨਾ ਤੁਸੀਂ ਸਾਡਾ ਕਰਦੇ ਆ ਨੂੰ ਪੈਸਿਆਂ ਦੀ ਲੋੜ ਹੀ ਨਹੀਂ ਆ ਇਹ ਤਾਂ ਵੱਧ ਕੀ ਹੁੰਦਾ ਪੈਸਾ ਸਭ ਕੁਝ ਥੋੜ੍ਹੀ ਹੁੰਦਾ ਵਾ ਵੀ ਅੱਜ ਕੱਲ੍ਹ ਮੈਂ ਨਾ ਜੇ ਯਾਰੀ ਪਾਉਣੀ ਨਾ ਆਪਣੇ ਨਾਲ ਨੀਵੇਂ ਬੰਦੇ ਨਾਲ ਪਾਓ ਵੀ ਜਿਹੜਾ ਬੰਦਾ ਘਰੋਂ ਮਹਾਤੜਾ ਉਹ ਤੁਹਾਡੇ ਲਈ ਜਾਣ ਵੀ ਹਾਜ਼ਰ ਹੋਊਗੀ ਤਾਂ ਜਿਹੜੇ ਪੈਸਾ ਵਾਲੇ ਆ ਇਹਨਾਂ ਤੋਂ ਅੱਜ ਥੋੜ੍ਹੇ ਆ ਕੱਲ੍ਹ ਜ਼ਿਆਦੇ ਆਏ ਇਹਨਾਂ ਨੇ ਆਪਣਿਆਂ ਨੂੰ ਛੱਡ ਕੇ ਦੂਜਿਆਂ ਨੂੰ ਫੜ ਲੈਣਾ ਵਾ ਉਹ ਵੀ ਚੱਲ ਕਿਹੜਾ ਬੜੇ 5-7 ਰਹਿਣੇ ਉਹ ਵੀ 2-3 ਮਹੀਨੇ ਹੀ ਹੁੰਦੇ ਆ ਉਹਨਾਂ ਨੂੰ ਛੱਡ ਕੇ ਫਿਰ ਅਗਲੇ ਫੜ ਲੈਣੇ ਪਤਾ ਸਾਰਿਆਂ ਨੂੰ ਇੱਕ ਦੂਜੇ ਦਾ ਵਾ ਪਰ ਉਹ ਆਪਣੇ ਚ ਹੈਲੋ ਹਾਏ ਰੱਦੇ ਆ ਵੀ ਕੀ ਪਤਾ ਕਿੱਥੇ ਲੋੜ ਪੈਣੀ ਉਹ ਆਪਣਾ ਕੰਮ ਨਹੀਂ ਇਹੋ ਜਿਹਾ ਹੈਗਾ ਆਪਾਂ ਤਾਂ ਕਰਕੇ ਸਿੱਧਾ ਨਿਊ ਬਾਕੀ ਸਾਰੇ ਭਰਾ ਬੜੇ ਚਿਰ ਤਾਂ ਆਪਾਂ ਨੂੰ ਫੋਲੋ ਕਰਦੇ ਸਾਰਿਆਂ ਨੂੰ ਪਤਾ ਵੀ ਸ਼ੇਰਾ ਕੌਣ ਆ ਤੇ ਕੀ ਚੀਜ਼ ਆ ਮੈਂ ਕਦੀ ਵੀ ਤੁਸੀਂ ਮੰਨੋਗੇ ਵੀ ਮੈਂ ਇਹੋ ਇਹੋ ਜਿਹੇ ਬੰਦੇ ਨੂੰ ਮਿਲਦਾ ਰਿਹਾ ਮੇਰੇ ਘਰੇ ਇਹੋ ਇਹੋ ਜਿਹੇ ਬੰਦੇ ਰਹਿੰਦੇ ਰਹੇ ਆ ਬਹਿੰਦੇ ਰਹੇ ਆ ਜੇ ਮੈਂ ਉਹਨਾਂ ਨਾਲ ਸਟੋਰੀ ਪਾਉਂਦਾ ਨਾ ਅੱਜ ਨੂੰ ਮੇਰੇ 2 ਜਾਂ 3 ਮਿਲੀਅਨ ਹੋਣੇ ਸੀ ਪਰ ਮੈਨੂੰ ਇਹ ਚੀਜ਼ ਨਾ ਹੈਗਾ ਹੀ ਨਹੀਂ ਯਾਰ ਵੀ ਕੋਈ ਆਇਆ ਮੈਂ ਜਲੂਸ ਕੱਢਦਾ ਫੜ ਕੇ ਜੇ ਮੇਰੀ ਸਟੋਰੀ ਪਾ ਦੇ ਵੀਰੇ ਜਾਂ ਲਿਆ ਮੈਂ ਬੰਦੇ ਨਾਲ ਸਟੋਰੀ ਪਾਉਂਦਾ ਪਰ ਨਾ ਆਪਾਂ ਫੋਟੋਆਂ ਖਿੱਚੀਆਂ ਵੀ ਹੋਣੀਆਂ ਵਾ ਆਪਣੇ ਤੋਂ ਪਈਆਂ ਹੋਣੀਆਂ ਪਰ ਨਹੀਂ ਪਾਈਦੀਆਂ ਕਿਉਂਕਿ ਆਪਾਂ ਨੂੰ ਫੇਮ ਨਾਲ ਕੋਈ ਚੱਕਰ ਨਹੀਂ ਜੇ ਉਹ ਆਪਣੇ ਲੱਲੇ ਪੋਲੇ ਵਾਲੇ ਕੰਮ ਹੁੰਦੇ ਨਾ ਪੋਚੇ ਲਾਉਣ ਵਾਲੇ ਚੱਟਣ ਚਟਾਣੀ ਵਾਲੇ ਕੰਮ ਹੁੰਦੇ ਤੇ ਆਪਣੇ ਹੁਣ ਨੂੰ ਇੱਥੇ 200-300 ਕੇ ਤਾਂ ਨਾ ਕੰਮ ਹੁੰਦਾ ਹੁਣ ਬੜਾ ਤਾਂ ਗਿਆ ਹੁੰਦਾ ਪਰ ਆਪਾਂ ਨੂੰ ਫੋਲੋਅਰ ਚਾਹੀਦੇ ਨਹੀਂ ਆ ਆਪਾਂ ਵਾ ਜੱਟ ਵਾ ਅਣਖੀ ਆ ਆਪਣੇ ਕੋਲ ਕੰਮ ਹੈਗੇ ਨਹੀਂ ਆਪਣੇ ਪਿਓ ਨੇ ਕੋਈ ਗੱਲ ਸਮਝਾਈ ਆ ਘੱਟ ਖਾਲੀ ਪਰ ਆਪਣਾ ਕਈ ਵੀ ਪੈਸੇ ਨੂੰ ਕੀ ਕਰਨਾ ਪਿੰਡ ਫੋਲੋਅਰਾਂ ਨੂੰ ਕੀ ਕਰਨਾ ਜਦੋਂ ਬੰਦੇ ਦੀ ਇੱਜ਼ਤ ਨਹੀਂ ਹੈਗੀ ਸਾਲੀ ਸ਼ੌਂਕ ਨੂੰ ਚਲਾਈਦਾ ਤੁਸੀਂ ਕਿਹੜਾ ਗੜੀ ਉੱਥੇ ਸਾਰਾ ਕੁ ਪੈਸੇ ਕਰਕੇ ਗੂੰ ਖਾ ਕੇ ਸਾਰਾ ਕੁ ਤੈਨੂੰ ਗਿਆਨ ਵੰਡਣਾ ਇਦਾਂ ਨਹੀਂ ਹੁੰਦਾ ਰਿਹਾ ਉਦਾਂ ਨਹੀਂ ਹੁੰਦਾ ਅਸੀਂ ਚੋ ਭਾਣ ਸਾਰਿਆਂ ਨੂੰ ਪਤਾ ਵੀ ਕਿਉਂ ਸਾਰਿਆਂ ਨੂੰ ਪਤਾ ਹੀ ਆ ਵੀ ਯਾਰ ਕੌਣ ਕੀ ਆ ਲਾਈਵ ਤੁਸੀਂ ਦੱਸਿਓ ਮੈਂ ਲਾਈਵ ਹੋਵਾਂ ਕਿ ਨਾ